CDPO दफ्तर मखू विखे आंगनवाड़ी यूनियन वालों जिला प्रधान जसविंदर कौर मल्लावाला की अगवाई हेठ आंगनवाड़ी वर्कर ते हैल्पर वालों अपनियां मंगां नूं लैके CDPO मैडम सुखविंदर कौर नूं अपना मंग पत्र सौंपिया गया। इस मौके यूनियन आगुआ ने मीडिया दे नाल गलबात दौरान की किया आओ तुहानूं सुनाउने आं। मीडिया दे नाल होई यूनियन आगुआ दी गलबात। सर मैं इत्थे आंगनवाड़ी मुलाजम यूनियन सीटू चों जिला प्रधान फिरोजपुर ब्लाक प्रधान भी इत्थे मखू चों मैं असी उन्हां मंगां नूं लैके अज इत्थे आई हाँ। साढ़े 28 ते 29 का असी मुकम्मल हड़ताल रखी आ। 28 ते 29 की साड़ी हड़ताल इस करके आ भी पिछली सरकार ने साड़ियां जिहड़ियां मंगां बहुत सारियां मंगां आ उन्हां नूं अणगौलिया कीता आ। उन्हां दी साड़ी मंगां दी कोई सुनवाई नहीं होई। असी हुण यही कहिंदे भी जिहड़ी नवीं सरकार आ असी उह ते इह आस करदे आ भी साड़ियां जिहड़ियां मंगां असी हैगियां उह मंगां नूं पूरियां कीता जावे। असी उन्हां दा यही उन्हां तों अपील करदे आ वार वार भी सानू जिहड़े कह रहे भी दुगनी तनखाह करनी आ हैल्पर जां वर्कर दी उहदे सानू सानू एक वे उजरत दित्ती जावे भी तनखाह जो घट तो घट 26,000 रुपया असी यह चाहनी आ भी आंगनवाड़ी वर्कर जां हैल्पर सा उन्हां नूं दित्ता जावे भी जिहड़ियां इन्ने चिर तो असी आपदियां सेवावां निभा रही आ सानू उहदे विच कोई तजर्बा सर्टिफिकेट दित्ता जावे सानू सरकारी मुलाजम मन्निया जावे ते जिहड़े 3 तों 6 साल वाले बच्चे आ उह साडे कोल खोह ले गए आ तो वह सानू वापस नहीं किते। असी कहने भी जिहड़ा साडा जिहड़ियां सेवावां सानू दित्तियां होईयां आ उहदे नाल सानू जोड़िया जावे तो वह जिहड़ी सेवावां करन दा सानू सेवावां दी सेवा करन दा सानू मौका दित्ता जावे साडे कोल जिहड़े खोए हुए आ अधिकार वह सानू वापस दित्ते जाण। एक असी करदे साडे NGO वाली जिहड़ी फीड आ उह असी नहीं लैणी सानू आपदे विभाग वल्लों सानू फीड दित्ती जावे। NGO वाली फीड असी नहीं लैणी उहदा असी अगे भी बाइकाट सी तो हुण साडा बाइकाट ही रहेगा। ਭਾਜੀ ਜੇਕਰ ਤੁਹਾਡੀਆਂ ਜਿਹੜੀ ਤੁਸੀਂ ਮੰਗਾਂ ਦੀ ਗੱਲ ਕੀਤੀ ਜੇਕਰ ਮੰਗਾਂ ਤੁਹਾਡੀਆਂ ਨਹੀਂ ਮੰਨਦੀ ਸਰਕਾਰ ਕਿ ਅੱਗੇ ਤੁਹਾਡਾ ਪ੍ਰੋਗਰਾਮ ਹੈ ਕੋਈ? ਹਾਂਜੀ ਕੋਈ ਅੱਗੇ ਸੰਘਰਸ਼ ਵਿੜ ਸਕਦੇ ਹੋ ਜੇਕਰ ਨਹੀਂ? ਹਾਂਜੀ ਜੇ ਸਾਡਾ 28-29 ਦੀ ਹੜਤਾਲ ਦਾ ਕੋਈ ਮਤਲਬ ਕੋਈ ਸਾਨੂੰ ਰਿਜ਼ਲਟ ਵਧੀਆ ਨਹੀਂ ਮਿਲੇਗਾ ਤੇ ਫਿਰ ਸੰਘਰਸ਼ ਤਾਂ ਜਾਰੀ ਰਹੇਗਾ। ਇਸ ਤਰ੍ਹਾਂ ਸਾਡੀਆਂ ਮੰਗਾਂ ਹੈਗੀਆਂ ਆ ਉਹ ਮੰਗ ਪੱਤਰ ਅਸੀਂ ਅੱਜ CDPO ਮੈਡਮ ਨੂੰ ਬਲਾਕ ਲੈਵਲ 'ਤੇ ਦੇ ਦਿੱਤਾ ਹੋਇਆ ਆ ਅਤੇ ਉਸ ਤੋਂ ਬਾਅਦ ਅਸੀਂ ਕੱਲ੍ਹ ਨੂੰ ਸਾਡਾ ਹੈਗਾ ਆ ਮਤਲਬ ਉਹਦਾ ਜ਼ਿਲ੍ਹਾ ਪ੍ਰਦਰਸ਼ਨ ਜ਼ਿਲ੍ਹਾ ਹਾਂ ਅਸੀਂ ਜ਼ਿਲ੍ਹਾ ਪ੍ਰੋਟੈਕਟ ਕਰਾਂਗੇ ਉਹਦੇ ਵਿੱਚ ਵੇਖਾਂਗੇ ਵੀ ਸਾਨੂੰ ਕੀ ਰਿਜ਼ਲਟ ਮਿਲਦਾ। ਜੇ ਸਾਨੂੰ ਕੋਈ ਰਿਜ਼ਲਟ ਵਧੀਆ ਮਿਲਦਾ ਸਰਕਾਰ ਸਾਡੀ ਸੁਣਵਾਈ ਕੋਈ ਕਰਦੀ ਆ ਤਾਂ ਠੀਕ ਆ ਨਹੀਂ ਤਾਂ ਫਿਰ ਅਸੀਂ ਉਸ ਤੋਂ ਬਾਅਦ ਸਾਡਾ ਸੰਘਰਸ਼ ਜਿਹੜਾ ਇਸੇ ਤਰ੍ਹਾਂ ਜਾਰੀ ਰਹੂਗਾ। ਤੁਹਾਡੀ ਯੂਨੀਅਨ ਦਾ ਕੀ ਨਾਮ ਕੀ ਹੈ ਜੀ? ਸਾਡੇ ਹੈਗਾ C2 ਯੂਨੀਅਨ ਆ ਜੀ। ਜੀ ਮੈਂ ਮਨਜੀਤ ਕੌਰ ਆਂਗਨਵਾੜੀ ਵਰਕਰ ਬੂਟੇ ਵਾਲੇ ਤੋਂ ਕਿਉਂਕਿ ਸਾਨੂੰ ਆਫਿਸ ਵਾਲੇ ਕਹਿ ਰਹੇ ਕਿ ਤੁਸੀਂ ਸਾਨੂੰ ਰਿਪੋਰਟਾਂ ਮੋਬਾਈਲ 'ਤੇ ਦਿਓ। ਕੇਂਦਰ ਸਰਕਾਰ ਵੱਲੋਂ ਸਾਨੂੰ ਮੋਬਾਈਲ ਮਿਲੇ ਹੋਏ ਆ ਪਰ ਸਾਨੂੰ ਪੰਜਾਬ ਸਰਕਾਰ ਨੇ ਮੋਬਾਈਲ ਨਹੀਂ ਦਿੱਤੇ ਹੋਏ। ਇਸ ਕਰਕੇ ਸਾਡੇ ਕੋਲ ਸਿੰਪਲੀ ਮੋਬਾਈਲ ਆ ਅਤੇ ਅਸੀਂ ਕਿੱਥੋਂ ਰਿਪੋਰਟਾਂ ਦੇਈਏ? ਸਾਡੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਸਾਨੂੰ ਮੋਬਾਈਲ ਦਿੱਤੇ ਜਾਣ ਅਤੇ ਅਸੀਂ ਮੋਬਾਈਲ 'ਤੇ ਰਿਪੋਰਟਾਂ ਦੇਈਏ ਅਤੇ ਨਾਲੇ ਮੋਬਾਈਲ ਭੱਤਾ ਦਿੱਤਾ ਜਾਣ। ਥੈਂਕ ਯੂ। ਹਾਂਜੀ ਭੈਣ ਜੀ ਕੀ ਕਹਿਣਾ ਚਾਹੋਗੇ ਜਿਹੜੇ ਭੈਣ ਜੀ ਹੋਣਾ ਨੇ ਜੋ ਬਿਆਨ ਦਿੱਤਾ ਤੁਸੀਂ ਐਗਰੀ ਹੋ ਸਾਰੇ ਇਹਨਾਂ ਨੂੰ? ਹਾਂਜੀ ਮੈਂ ਸੁਨੀਤਾ ਰਾਣੀ ਆਂਗਨਵਾੜੀ ਵਰਕਰ ਮੱਲਾ ਵਾਲੇ ਤੋਂ। ਭੈਣ ਜੀ ਇਹਨਾਂ ਨੇ ਜੋ ਵੀ ਕਿਹਾ ਉਹ ਬਹੁਤ ਵਧੀਆ ਤੁਹਾਨੂੰ ਦੱਸਿਆ ਕਿ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਜਾਣ। ਜੇ ਉਹ ਮੰਗਾਂ ਸਰਕਾਰ ਨਹੀਂ ਮੰਨਦੀ ਤਾਂ ਸਾਨੂੰ ਨਵੇਂ ਸਿਰੇ ਤੋਂ ਫਿਰ ਸੰਘਰਸ਼ ਵਿੜਨਾ ਪਏਗਾ। ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸਰਕਾਰ ਹੈ ਸਾਡੀਆਂ ਮੰਗਾਂ ਮੰਨ ਲਵੇ। ਮੈਂ ਪਲਵਿੰਦਰ ਕੌਰ ਆਂਗਨਵਾੜੀ ਵਰਕਰ ਜੱਲੇਵਾਲ ਤੋਂ ਬੋਲਦੀ ਹਾਂ ਅਤੇ ਜਿਹੜੇ ਸਾਡੇ ਅਸੀਂ PMVY ਵਾਲੇ ਫਾਰਮ ਭਰਦੇ ਉਹਨਾਂ ਦਾ ਸਾਨੂੰ ਇਹਨਾਂ ਨੇ ਕਿਹਾ ਸੀ ਵੀ 200 ਰੁਪਇਆ ਤੁਹਾਨੂੰ ਦੇਵਾਂਗੇ ਵਰਕਰ ਨੂੰ ਅਤੇ 100 ਰੁਪਇਆ ਹੈਲਪਰ ਨੂੰ ਦਿੱਤਾ ਜਾਊਗਾ। ਉਹ ਸਾਨੂੰ ਨਹੀਂ ਮਿਲ ਰਿਹਾ ਉਹ ਸਾਨੂੰ ਦਿੱਤਾ ਜਾਵੇ। ਹਾਂਜੀ ਸਰ ਪਿੰਡ ਅਮੀ ਵਾਲੇ ਤੋਂ ਬੋਲ ਰਹੇ ਹਾਂ। ਪਰ ਬਾਕੀ ਸਾਡੇ ਤੋਂ ਵੇਖੋ ਖਾਣਾ ਵੀ ਖੋਇਆ ਗਿਆ ਅਤੇ ਜੇ ਸਾਡੇ ਬੱਚੇ ਵੀ ਖੋ ਲਏ ਆ ਤਾਂ ਫਿਰ ਅਸੀਂ ਹੈਲਪਰਾਂ ਕੀ ਕਰਾਂਗੇ? ਫਿਰ ਅਸੀਂ ਸਾਡੇ ਕੋਲ ਕੀ ਰਹਿ ਜਾਏਗਾ? ਸਾਡੀ ਇਹੀ ਮੰਗ ਵਾ ਵੀ ਸਾਡੇ ਬੱਚੇ ਵਾਪਸ ਕੀਤੇ ਜਾਣ, ਖਾਣਾ ਸਾਨੂੰ ਦਿੱਤਾ ਜਾਵੇ ਅਤੇ ਜੋ ਸਾਡੀਆਂ ਮੰਗਾਂ ਵਾ ਪੂਰੀਆਂ ਕੀਤੀਆਂ ਜਾਣ। ਹਾਂਜੀ ਤਨਖਾਹ ਵੀ ਸਾਡੀ ਵਧਾਈ ਜਾਵੇ। ਵਿਧਾਨ ਸਭਾ ਹਲਕਾ ਜੀਰਾ ਦੀ ਹਰ ਇੱਕ ਸਰਗਰਮੀ ਦੇ ਬਾਰੇ ਜਾਣਨ ਲਈ ਜੁੜੇ ਰਹੋ ਤਪਦਾ ਸੱਚ ਨਿਊਜ਼ ਨਾਲ।